ਸਵਾਗਤ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਵੀਡੀਓ ਸਟਾਰਟਿੰਗ ਤੋਂ ਲੈ ਕੇ ਲਾਟ ਤੱਕ ਦੇਖੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਸੋ ਕੱਲ੍ਹ ਇੱਕ ਸੁਨੇਹਾ ਦਾ ਬਲੌਗ ਆਇਆ ਸੀ, ਇੰਪੋਰਟੈਂਟ ਮੈਸੇਜ ਆ ਰਿਹਾ, ਬਲੌਗ ਦਾ ਨਾਮ ਸੀਗਾ। ਸੋ ਉਸ ਬਲੌਗ ਦੇ ਵਿੱਚ ਸੁਨੇਹਾ ਨੇ ਇਹ ਗੱਲ ਕਲੀਅਰ ਕੀਤੀ ਕਿ ਮੈਨੂੰ ਜੱਜ ਕਰਨਾ ਤੁਸੀਂ ਬੰਦ ਕਰੋ, ਜੇਕਰ ਮੈਂ ਇਹ ਸਭ ਕੁਝ ਸਹਿ ਕੇ ਘਰ ਚੁੱਪ ਕਰਕੇ ਬੈਠ ਜਾਂਦੀ ਤਾਂ ਤੁਸੀਂ ਸਾਰਿਆਂ ਨੇ ਇਹ ਕਹਿਣਾ ਸੀਗਾ ਕਿ ਸੁਨੇਹਾ ਦੇ ਵਿੱਚ ਕੋਈ ਖਰਾਬੀ ਹੈ, ਤਾਂ ਕਰਕੇ ਸੁਨੇਹਾ ਚੁੱਪ ਬੈਠ ਗਈ ਹੈਗੀ। ਜੇਕਰ ਮੈਂ ਹੁਣ ਬਲੌਗਿੰਗ ਕਰਨੀ ਸਟਾਰਟ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਆਈ ਹਾਂ ਕਿ ਚੰਗੀ ਤਰ੍ਹਾਂ, ਤਾਂ ਤੁਸੀਂ ਕਹਿ ਰਹੇ ਹੋ ਕਿ ਸੁਨੇਹਾ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਅਤੇ ਮੈਨੂੰ ਇੱਦਾਂ ਤੁਸੀਂ ਜੱਜ ਕਰਨਾ ਬੰਦ ਕਰੋ, ਮੈਨੂੰ ਤਕਲੀਫ ਹੁੰਦੀ ਆ ਅਤੇ ਮੈਂ ਆਪਣੇ ਆਪ ਵਿੱਚ ਚੇਂਜ ਲਿਆਉਣਾ ਚਾਹੁੰਦੀ ਹਾਂ। ਅਤੇ ਇਸ ਗੱਲਾਂ ਨੂੰ ਲੈ ਕੇ ਲੋਕਾਂ ਦੇ ਕੀ ਕਮੈਂਟ ਆਏ ਨੇ, ਇੱਕ ਕਮੈਂਟ ਬਹੁਤ ਹੀ ਮੇਨ ਮੰਨਿਆ ਜਾ ਰਿਹਾ ਹੈਗਾ ਕਿ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ, ਜਿਸ ਵਿੱਚ ਇੱਕ ਨੇ ਲਿਖਿਆ ਕਿ ਮੈਨੂੰ ਪਤਾ ਕੀ ਹੋਇਆ, ਮੈਂ ਜਾਣਦੀ ਹਾਂ ਸੁਨੇਹਾ ਨੇ ਕੈਨੇਡਾ ਜਾਣਾ ਸੀਗਾ ਪਰ ਗਗਨ ਨੇ ਉਸ ਨੂੰ ਨਹੀਂ ਭੇਜਿਆ, ਇਸ ਕਰਕੇ ਇਹਨਾਂ ਦੀ ਫਾਈਟ ਹੋਈ। ਇਹ ਗੱਲ ਸੱਚ ਆ ਜਾਂ ਝੂਠ ਆ ਇਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰਿਓ, ਕਿਉਂਕਿ ਇਹ ਵੀ ਗੱਲ ਲੱਗਦੀ ਕਿ ਇਹ ਪਹਿਲਾਂ ਆਇਲਸ ਕਰਦੇ ਹੁੰਦੇ ਸੀਗੇ। ਅਤੇ ਉਸ ਤੋਂ ਬਾਅਦ ਅਗਲੇ ਲਿਖ ਕਿ ਯੂ ਆਰ ਭੁੱਖੀ ਫੇਮ ਦੀ ਓਨਲੀ ਗਗਨ ਮੁੰਡਾ ਚੰਗਾ, ਪਹਿਲਾਂ ਤੇਰੇ ਬਲੌਗ ਕਿੱਥੇ ਹੁੰਦੇ ਸੀ ਬਿਫੋਰ ਮੀਟ, ਤੂੰ ਉਹਨਾਂ ਨਾਲ ਰਹਿੰਦੀ ਜਿਨ੍ਹਾਂ ਨਾਲ ਗਗਨ ਨੇ ਤੈਨੂੰ ਮਿਲਾਇਆ ਸੀ, ਹਾ ਹਾ ਅੱਜ ਉਹਨਾਂ ਨੂੰ ਭੈਣ ਭਰਾ ਬਣਾ ਹੀ ਬੈਠੀ ਹੈ। ਇਹ ਗੱਲ ਕਿੰਮੀ ਪਵਨ ਹੋਰਾਂ ਨੂੰ ਕਹੀ ਗਈ ਹੈ ਕਿਉਂਕਿ ਪਹਿਲਾਂ ਗਗਨ ਨੇ ਹੀ ਸੁਨੇਹਾ ਨੂੰ ਕਿੰਮੀ ਪਵਨ ਹੋਰਾਂ ਨਾਲ ਮਿਲਾਇਆ ਸੀਗਾ ਅਤੇ ਅੱਜ ਉਹਨਾਂ ਨੂੰ ਭੈਣ ਭਰਾ ਬਣਾਈ ਬੈਠੀ ਆ। ਅਤੇ ਉਸ ਤੋਂ ਬਾਅਦ ਅਗਲੇ ਦਾ ਕਮੈਂਟ ਹੈ ਕਿ ਤੈਨੂੰ ਪਿਆਰ ਕਰਦਾ ਕੌਣ ਆ, ਗਗਨ ਕਰਕੇ ਹੀ ਤੈਨੂੰ ਸਾਰੇ ਲੋਕ ਜਾਣਦੇ ਨੇ। ਟੋਟਲ ਸੁਨੇਹਾ ਦੇ ਬਲੌਗ ਦੇ ਵਿੱਚ 1100 ਕਮੈਂਟ ਹੈ ਅਤੇ ਜਿਸ ਵਿੱਚ 1000 ਕਮੈਂਟ ਸੁਨੇਹਾ ਦੇ ਹੀ ਪੱਖ 'ਚ ਬੋਲਿਆ ਗਿਆ ਸੀ ਅਤੇ ਸਾਰਿਆਂ ਨੇ ਇਹੀ ਗੱਲ ਕਹੀ ਕਿ ਸੁਨੇਹਾ ਜੀ ਤੁਸੀਂ ਸਟਰੋਂਗ ਬਣੋ ਅਤੇ ਆਪਣੀ ਲਾਈਫ ਨੂੰ ਅੱਗੇ ਵਧਾਓ, ਜੋ ਕੁਝ ਹੋਇਆ ਉਸ ਨੂੰ ਸੋਲਵ ਕਰੋ, ਤੁਸੀਂ ਦੁਬਾਰਾ ਗਗਨ ਨਾਲ ਮਿਲ ਜਾਓ ਅਤੇ ਇਕੱਠੇ ਰਹੋ। ਬਾਕੀ ਤੁਹਾਡੀ ਕੀ ਰਾਏ ਇਸ ਬਾਰੇ ਤੁਸੀਂ ਵੀ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰੋ ਅਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ।